ਕੈਨੇਡਾ ਦੇ ਇੱਕ ਹੋਰ ਸੂਬੇ ਤੋਂ ਨਵੀਂ ਇਮੀਗ੍ਰੇਸ਼ਨ ਅਪਡੇਟ ਸਾਹਮਣੇ ਆਈ ਹੈ। ਪਰ ਇਸ ਤੋਂ ਪਹਿਲਾਂ ਕਿ ਅਸੀਂ ਅਪਡੇਟ ਦੇ ਵੱਲ ਅੱਗੇ ਵਧੀਏ, ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਮਹੀਨੇ ਯਾਨੀ ਅਕਤੂਬਰ ਮਹੀਨੇ ਦੇ ਦੌਰਾਨ ਕੁੱਲ 2 ਐਕਸਪ੍ਰੈਸ ਐਂਟਰੀ ਡਰਾ ਕੱਢੇ ਗਏ ਸਨ ਅਤੇ ਇਹ ਐਕਸਪ੍ਰੈਸ ਐਂਟਰੀ ਡਰਾ ਸਿਰਫ PNP ਕੈਂਡੀਡੇਟਸ ਲਈ ਕੱਢੇ ਗਏ। ਮਤਲਬ ਇਹ ਕਿ ਅਕਤੂਬਰ ਮਹੀਨੇ ਦੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਦੇ ਲਈ ਕੋਈ ਵੀ ਐਕਸਪ੍ਰੈਸ ਐਂਟਰੀ ਡਰਾ ਨਹੀਂ ਕੱਢਿਆ ਗਿਆ ਅਤੇ ਲੋਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਲਈ ਨਵੇਂ ਡਰਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਤੇ ਹੁਣ ਜੋ ਇੱਕ ਹੋਰ ਵੱਡੀ ਇਮੀਗ੍ਰੇਸ਼ਨ ਅਪਡੇਟ ਸਾਹਮਣੇ ਆਈ ਹੈ ਉਹ ਅਪਡੇਟ ਹੈ ਕੈਨੇਡਾ ਦੇ ਸੂਬੇ ਮੈਨੀਟੋਬਾ ਤੋਂ। ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵੱਲੋਂ 129ਵਾਂ PNP ਡਰਾ ਕੱਢਿਆ ਗਿਆ ਹੈ ਅਤੇ ਇਹ PNP ਡਰਾ ਨਵੰਬਰ ਮਹੀਨੇ ਦਾ ਪਹਿਲਾ PNP ਡਰਾ ਹੈ। ਅਤੇ ਮੈਨੀਟੋਬਾ ਦੇ ਵੱਲੋਂ ਕੱਢੇ ਗਏ ਇਸ ਨਵੇਂ PNP ਡਰਾ ਦੇ ਵਿੱਚ ਜੋ ਲੈਟਰਸ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ ਹਨ ਉਹ 3 ਕੈਟੇਗਰੀਜ਼ ਦੇ ਵਿੱਚ ਜਾਰੀ ਕੀਤੇ ਗਏ ਨੇ, ਸਕਿੱਲਡ ਵਰਕਰਸ ਇਨ ਮੈਨੀਟੋਬਾ, ਇੰਟਰਨੈਸ਼ਨਲ ਐਜੂਕੇਸ਼ਨ ਸਟ੍ਰੀਮ ਅਤੇ ਸਕਿੱਲਡ ਵਰਕਰ ਓਵਰਸੀਜ਼ ਸਟ੍ਰੀਮ। ਸਕਿੱਲਡ ਵਰਕਰਸ ਮੈਨੀਟੋਬਾ ਦੇ ਅਧੀਨ 350 ਲੈਟਰਸ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ ਹਨ ਜਿਸ ਦੇ ਲਈ ਸਕੋਰ 460 ਰਿਹਾ। ਦੂਸਰੀ ਕੈਟੇਗਰੀ ਇੰਟਰਨੈਸ਼ਨਲ ਐਜੂਕੇਸ਼ਨ ਸਟ੍ਰੀਮ ਦੇ ਲਈ 33 ਲੈਟਰਸ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ ਹਨ ਅਤੇ ਤੀਸਰੀ ਕੈਟੇਗਰੀ ਸਕਿੱਲਡ ਵਰਕਰ ਓਵਰਸੀਜ਼ ਦੇ ਅਧੀਨ 38 ਲੈਟਰਸ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ ਹਨ। ਇੱਥੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵੱਲੋਂ ਕੱਢੇ ਗਏ ਨਵੇਂ PNP ਡਰਾ ਦੇ ਵਿੱਚ ਕੁੱਲ 421 ਇਨਵੀਟੇਸ਼ਨਸ, ਜਾਂ ਫਿਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ 1 ਨਵੰਬਰ ਨੂੰ ਮੈਨੀਟੋਬਾ ਦੇ ਵੱਲੋਂ ਕੱਢੇ ਗਏ ਨਵੇਂ PNP ਡਰਾ ਦੇ ਵਿੱਚ ਕੁੱਲ 421 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਲੈਟਰਸ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ ਹਨ ਕਿ ਉਹ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ। ਬਿਊਰੋ ਰਿਪੋਰਟ, ਖਬਰ ਪੰਜਾਬੀ।